ਇਹ ਤਸਵੀਰਾਂ ਤੁਹਾਨੂੰ ਸਿੱਧੀਆਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਸ਼ਹਿਰ ਸੰਗਰੂਰ ਤੋਂ ਦਿਖਾ ਰਹੇ ਹਾਂ, ਜਿੱਥੇ ਟਿੱਬਾ ਪਿੰਡ ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰੀ ਪਹੁੰਚੇ ਨੇ, ਜਿੱਥੇ ਉਹਨਾਂ ਨੇ ਨਕਲੀ ਸ਼ਰਾਬ ਨਾਲ ਮਰੇ ਹੋਏ ਲੋਕਾਂ ਦੇ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕੀਤਾ ਹੈ। ਇਸੇ ਦੌਰਾਨ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਭਗਵੰਤ ਮਾਨ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧੇ ਨੇ। ਉਹਨਾਂ ਨੇ ਕਿਹਾ ਕਿ ਨਕਲੀ ਸ਼ਰਾਬ ਸਰਕਾਰ ਦੀ ਸ਼ਹਿ ਤੋਂ ਬਿਨਾਂ ਨਹੀਂ ਵਿਕ ਸਕਦੀ। ਉਹਨਾਂ ਨੇ ਕਿਹਾ ਕਿ ਜ਼ਾਹਿਰ ਜੀ ਗੱਲ ਹੈ ਕਿ ਭਗਵੰਤ ਮਾਨ ਸਰਕਾਰ ਦਾ ਇਸ ਦੇ ਵਿੱਚ ਹਿੱਸਾ ਹੋ ਸਕਦਾ ਹੈ। ਇਸ ਤੋਂ ਇਲਾਵਾ ਜੋ ਅੱਗੇ ਕਿਹਾ ਉਹ ਵੀ ਸੁਣੋ। ਦੇਖੋ, ਅੱਜ ਮੈਂ ਇਹ ਟਿੱਬੀ ਪਿੰਡ ਦੇ ਵਿੱਚ ਆਇਆ। ਇੱਥੇ 14 ਬੰਦੇ ਸਰਕਾਰੀ ਜ਼ਹਿਰ ਪੀ ਕੇ ਮਰ ਚੁੱਕੇ ਹੈ। ਜਿਹੜੀ ਸ਼ਰਾਬ ਇਹਨਾਂ ਨੇ ਖਰੀਦ ਕੇ ਪੀਤੀ ਉਹ ਜ਼ਹਿਰ ਸਾਬਤ ਹੋਈ। 14 ਵਿਧਵਾ ਔਰਤਾਂ ਨੂੰ ਮਿਲਿਆ, 14 ਅਨਾਥ ਬੱਚਿਆਂ ਪਰਿਵਾਰਾਂ ਨੂੰ ਮਿਲਿਆ, ਜਿਹੜੇ ਕਿ ਸਰਕਾਰ ਦੀ ਗਲਤੀ ਕਰਕੇ ਅੱਜ ਅਨਾਥ ਹੋ ਗਏ ਹੈ। ਅਤੇ ਸੁਣਵਾਈ ਕੋਈ ਨਹੀਂ ਹੈ, ਗਰੀਬ ਦੀ ਸੁਣਵਾਈ ਕੋਈ ਨਹੀਂ। ਡੰਗਰ ਵੀ ਮਰ ਜਾਏ ਨਾ, ਉਹਦਾ ਵੀ ਮੁਆਵਜ਼ਾ ਮਿਲਦਾ ਹੈ। ਆਹ ਹੁਣ ਹੜ੍ਹ ਆਏ ਸੀ, ਉਹਦੇ 'ਚ ਡੰਗਰ ਮਰੇ, ਮੁਆਵਜ਼ਾ ਮਿਲ ਗਿਆ। ਆਹ ਸਰਕਾਰੀ ਜ਼ਹਿਰ ਬੋਤਲਾਂ 'ਚ ਪਾ ਕੇ ਦਿੱਤੀ, ਜਿਹੜੇ ਬੰਦੇ ਮਰੇ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ, ਕੋਈ ਨੌਕਰੀ ਨਹੀਂ। 3 ਕੁੜੀਆਂ, 1 ਮੁੰਡਾ ਬਿਮਾਰ ਹੈ, ਕਮਾਊ ਕੋਈ ਨਹੀਂ ਹੈ, ਲੇਕਿਨ ਸਰਕਾਰ ਕੋਈ ਬਾਂਹ ਨਹੀਂ ਫੜ ਰਹੀ। ਮੁੱਖ ਮੰਤਰੀ ਇਸ ਜ਼ਿਲ੍ਹੇ ਦਾ ਹੋਵੇ ਅਤੇ ਜਿਹੜਾ ਵਿੱਤ ਮੰਤਰੀ ਜਿਹਦੇ ਕੋਲ ਮਹਿਕਮਾ ਹੈ ਸ਼ਰਾਬ ਦਾ, ਉਹਦੇ ਹਲਕੇ ਦਾ ਪਿੰਡ ਹੋਵੇ। ਔਰ ਹੁਣ ਕਹਿੰਦੇ ਨੇ ਜੇ ਸ਼ਰਾਬਿਕ ਦੀ ਸੀ, ਬਈ ਫਿਰ ਬਚਾਉਂਦਾ ਕੌਣ ਹੈ? ਕਿਆ ਤੁਹਾਡੀ ਕਿਆ ਯੋਗਦਾਨ ਹੈ ਇਹਦੇ ਵਿੱਚ? ਕਿਆ ਤੁਹਾਡਾ ਹਿੱਸਾ ਪੱਤੀ ਹੈ? ਤੁਹਾਡੀ ਸ਼ਹਿ ਕਿਸ ਤਰ੍ਹਾਂ ਉਹਨਾਂ ਬੰਦਿਆਂ ਨੂੰ, ਤੁਹਾਡੀ ਨੱਕ ਦੇ ਹੇਠਾਂ ਕਿਸ ਤਰੀਕੇ ਨਾਲ ਨਜਾਇਜ਼ ਸ਼ਰਾਬ ਵਿਕਦੀ ਰਹੀ ਹੈ? ਕਿਸ ਤਰੀਕੇ ਦੇ ਨਾਲ ਇੱਥੇ ਘਰ ਘਰ ਚਿੱਟਾ ਵਿਕ ਰਿਹਾ? ਆ ਮੈਨੂੰ ਬੀਬੀਆਂ ਹੁਣ ਅੰਦਰ ਰੋ ਰਹੀਆਂ ਸੀ, ਕਹਿੰਦੇ ਜੀ ਹੋਰ ਕੁਛ ਮਿਲੇ ਨਾ, ਮੇਰੇ ਚਿੱਟਾ ਮਿਲੀ ਜਾਂਦਾ ਸਾਰਿਆਂ ਨੂੰ। ਇਹ ਜਿਹੜਾ ਕੁਛ ਹੋਇਆ, ਜਿੰਨੀ ਨਸ਼ਾਇਜ਼ ਸ਼ਰਾਬ ਬਣ ਰਹੀ ਹੈ ਔਰ ਵਿਕ ਰਹੀ ਹੈ, ਇਹ ਭਗਵੰਤ ਮਾਨ ਦੀ ਸਰਕਾਰ ਦੇ ਸ਼ਹਿ ਦੇ ਉੱਪਰ ਔਰ ਉਹਨਾਂ ਦੀ ਹਿੱਸੇਦਾਰੀ ਦੇ ਉੱਪਰ ਕੰਮ ਹੋ ਰਿਹਾ, ਬਿਲਕੁਲ ਨਜਾਇਜ਼ ਹੋ ਰਿਹਾ। ਗਰੀਬ ਦੀ ਕੋਈ ਸੁਣਵਾਈ ਨਹੀਂ, ਗਰੀਬਾਂ ਦੇ 21 ਬੰਦੇ ਸਰਕਾਰੀ ਜ਼ਹਿਰ ਪੀ ਕੇ ਮਰ ਚੁੱਕੇ ਹੈ। ਇਹ ਪਰਚਾ ਸਰਕਾਰ ਪਰ ਹੋਣਾ ਚਾਹੀਦਾ ਹੈ, ਇੱਥੇ ਦੇ ਨੁਮਾਇੰਦਿਆਂ ਪਰ ਹੋਣਾ ਚਾਹੀਦਾ ਹੈ, ਕਤਲ ਦਾ ਮੁਕੱਦਮਾ ਹੋਣਾ ਚਾਹੀਦਾ। ਇਹਨਾਂ ਨੇ ਮਰਵਾਏ ਸਾਡੇ ਬੰਦੇ ਗਰੀਬ, ਅਤੇ ਜਦ ਅੱਜ ਗਰੀਬ ਮਾਰੇ ਗਏ ਤਾਂ ਉਹਨਾਂ ਦੀ ਜਾਨ ਦੀ ਕੀਮਤ ਕੋਈ ਨਹੀਂ, ਕੋਈ ਨੌਕਰੀ ਦੀ ਗੱਲ ਨਹੀਂ ਕਰੀ, ਕੋਈ ਮੁਆਵਜ਼ੇ ਦੀ ਗੱਲ ਨਹੀਂ ਕਰੀ। ਥੱਲੇ ਨੂੰ ਹੱਥ ਕਰਕੇ ਕਿਸੇ ਨੂੰ 50,000 ਦੇ ਰਹੇ, ਕਿਸੇ ਨੂੰ 1,00,000 ਦੇ ਰਹੇ, ਕਿਸੇ ਨੂੰ 2,00,000 ਦੇ ਰਹੇ, ਤੁਸੀਂ ਬੋਲੋ ਨਾ ਆ ਤੁਹਾਨੂੰ ਦੇ ਤੇ ਕਿਉਂ ਬਈ? ਤੁਹਾਡੀ ਨਜਾਇਜ਼ ਸ਼ਰਾਬ ਦੇ ਨਾਲ, ਤੁਹਾਡੀ ਜ਼ਹਿਰ ਦੇ ਨਾਲ ਸਾਡੇ ਬੰਦੇ ਮਰੇ, ਉਹਨਾਂ ਨੂੰ ਪੂਰਾ ਮੁਆਵਜ਼ਾ ਦਿਓ। ਮੈਂ ਇਹੀ ਕਹਿ ਰਿਹਾ, ਇੱਕ ਜਾਨ ਚਲੀ ਗਈ ਹੈ, ਇਹਦੇ 'ਚ ਕੋਡ ਆਫ ਕੰਡਕਟ ਕੋਈ ਨਹੀਂ, ਬਹਾਨੇਬਾਜ਼ੀ ਹੈ। ਇਹਨਾਂ ਗਰੀਬਾਂ ਦੀ ਪੁੱਛ ਨਹੀਂ ਕਰਨੀ, ਬਸ ਸੋਚ ਮਾੜੀ ਹੈ, ਮਾਨਸਿਕਤਾ ਮਾੜੀ ਹੈ, ਕੋਈ ਕੋਡ ਆਫ ਕੰਡਕਟ ਮੂਹਰੇ ਨਹੀਂ ਅੜਦਾ। ਮੈਂ ਕੋਲ ਖੜ੍ਹਦਾ, ਸਾਡੀ ਪਾਰਟੀ ਦਾ ਪ੍ਰਧਾਨ ਖੜ੍ਹ ਜਾਏਗਾ, ਅਸੀਂ ਅਕਾਲੀ ਦਲ ਵਾਲਿਆਂ ਨੂੰ ਬੇਨਤੀ ਕਰ ਲਾਂਗੇ, ਸਭ ਨੂੰ ਬੇਨਤੀ ਕਰ ਲਾਂਗੇ, ਅਸੀਂ ਵੀ ਲਿਖ ਕੇ ਦਿੰਦੇ, ਐਫੀਡੈਵਿਟ ਦਿੰਦੇ ਕਿ ਇਹਦੇ 'ਚ ਕੋਈ ਕੋਡ ਆਫ ਕੰਡਕਟ ਨਹੀਂ ਹੁੰਦਾ, ਇਹਨਾਂ ਗਰੀਬਾਂ ਨੂੰ ਪੈਸੇ ਦਿਓ। ਮੈਂ ਤਾਂ ਪਹਿਲਾਂ ਕਹਿ ਚੁੱਕਿਆ ਕਿ ਸਮਾਂ ਬਦਲਦਾ ਰਹਿੰਦਾ ਹੈ। ਯਾਰ ਗੱਲ ਸੁਣੋ, ਅੱਜ ਵੀ ਜੋ ਜਿੰਨਾ ਅਸੀਂ ਖੜ੍ਹ ਸਕੇ ਪਰਿਵਾਰ ਦੇ ਨਾਲ ਖੜ੍ਹਾਂਗੇ, ਲੇਕਿਨ ਸਮਾਂ ਮੈਂ ਪਹਿਲਾਂ ਕਹਿ ਚੁੱਕਿਆ
ਕਿ ਇੱਕ ਦਿਨ ਆਏਗਾ ਕਿ ਅਸੀਂ ਇਹ ਪਰਿਵਾਰਾਂ ਦੇ ਨਾਲ ਜੋ ਇਹਨਾਂ ਦਾ ਬਣਦਾ ਹੱਕ ਹੈ ਉਹ ਮਿਲੇਗਾ। ਇਸ ਮੌਕੇ ਚੰਨੀ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਰਕਾਰ ਦੇ ਵੱਲੋਂ ਮੁਆਵਜ਼ਾ ਦੇਣਾ ਚਾਹੀਦਾ ਹੈ। ਉੱਥੇ ਹੀ ਉਹਨਾਂ ਨੇ ਸੰਬੰਧਿਤ ਨੁਮਾਇੰਦਿਆਂ 'ਤੇ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਹਕੀਕੀ ਟੀ ਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ।